ਪੰਜਾਬੀ ਯੂਨੀਵਰਸਿਟੀ ਵਿੱਚ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਦੇ ਤਹਿਤ ਕਰੋੜਾਂ ਦੀ ਗ੍ਰਾਂਟ ਦੇ ਵਿੱਚ ਕਪਲੇ ਦਾ ਸ਼ੱਕ ਜ਼ਾਹਿਰ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਵੱਲੋਂ 3 ਮੈਂਬਰੀ ਜਾਂਚ ਕਮੇਟੀ ਹੁਣ ਗਠਿਤ ਕੀਤੀ ਗਈ ਹੈ। 3 ਮੈਂਬਰੀ ਕਮੇਟੀ ਨੇ ਆਪਣੀ ਜਾਂਚ ਆਰੰਭ ਦਿੱਤੀ ਹੈ। ਕਮੇਟੀ ਦੇ ਵਿੱਚ ਰਜਿਸਟਰਾਰ ਵਰਿੰਦਰ ਕੌਸ਼ਿਕ, ਡੀਨ ਰਿਸਰਚ ਅਸ਼ੋਕ ਤਿਵਾਰੀ ਅਤੇ ਵਿੱਤ ਅਫਸਰ ਰਾਕੇਸ਼ ਖੁਰਾਨਾ ਸ਼ਾਮਿਲ ਨੇ ਜੋ ਮਾਮਲੇ ਦੀ ਜਾਂਚ ਕਰਨਗੇ। ਵਿੱਤ ਵਿਭਾਗ ਦੇ ਇੰਟਰਨਲ ਆਡਿਟ ਨੇ ਸਾਇੰਸ ਵਿਭਾਗ ਦੇ 6 ਲੱਖ ਰੁਪਏ ਦੇ 5 ਬਿੱਲਾਂ ਤੇ ਸ਼ੱਕ ਜ਼ਾਹਿਰ ਕੀਤਾ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ। ਫਰਜ਼ੀ ਰਿਸਰਚ ਸਕਾਲਰਾਂ ਦੇ ਬਿੱਲਾਂ ਦਾ ਕਦੋਂ ਤੋਂ ਇਹ ਘੁਟਾਲਾ ਚੱਲ ਰਿਹਾ ਸੀ, ਇਸ ਦੀ ਜਾਂਚ ਜਿਹੜੀ ਹੈ ਉਹ ਅਰੰਭੀ ਗਈ ਹੈ ਜੋ ਜਾਣਕਾਰੀ ਸੂਤਰਾਂ ਤੋਂ ਮਿਲ ਰਹੀ ਹੈ। ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਦੇ ਤਹਿਤ ਇਹ ਗ੍ਰਾਂਟ ਜਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਕੁਝ ਸ਼ੱਕ ਜਿਹੜਾ ਹੈ ਉਹ ਜ਼ਾਹਿਰ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਬਜਟ ਮੁਤਾਬਿਕ ਪਿਛਲੇ 3 ਸਾਲਾਂ ਦੌਰਾਨ 70 ਕਰੋੜ ਰੁਪਏ ਰੂਸਾ ਤਹਿਤ ਮਿਲੇ ਨੇ। ਮਾਮਲਾ ਹੁਣ ਵਿਜੀਲੈਂਸ ਨੂੰ ਸੌਂਪਣ ਦੀ ਤਿਆਰੀ ਜੋ ਹੈ ਕੀਤੀ ਜਾ ਰਹੀ ਹੈ ਜੋ ਸੂਤਰਾਂ ਤੋਂ ਜਾਣਕਾਰੀ ਮਿਲ ਪਾ ਰਹੀ ਹੈ। ਸੋ 3 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਰਜਿਸਟਰਾਰ ਵਰਿੰਦਰ ਕੌਸ਼ਿਕ, ਡੀਨ ਰਿਸਰਚ ਅਸ਼ੋਕ ਤਿਵਾਰੀ ਤੇ ਵਿੱਤ ਅਫਸਰ ਸ਼ਾਮਿਲ ਨੇ। ਵਿੱਤ ਵਿਭਾਗ ਦੇ ਇੰਟਰਨਲ ਆਡਿਟ ਨੇ ਸਾਇੰਸ ਵਿਭਾਗ ਦੇ 6 ਲੱਖ ਰੁਪਏ ਦੇ 5 ਬਿੱਲਾਂ ਤੇ ਸ਼ੱਕ ਜ਼ਾਹਿਰ ਕੀਤਾ ਹੈ। ਫਰਜ਼ੀ ਰਿਸਰਚ ਸਕਾਲਰਾਂ ਦੇ ਬਿੱਲਾਂ ਦਾ ਕਦੋਂ ਤੋਂ ਇਹ ਘੁਟਾਲਾ ਚੱਲ ਰਿਹਾ ਸੀ, ਇਸ ਦੀ ਹੁਣ ਜਾਂਚ ਆਰੰਭ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਬਜਟ ਮੁਤਾਬਿਕ ਪਿਛਲੇ 3 ਸਾਲਾਂ ਦੌਰਾਨ 70 ਕਰੋੜ ਰੁਪਏ ਰੁਸਾ ਤਹਿਤ ਮਿਲੇ ਨੇ। ਮਾਮਲਾ ਹੁਣ ਵਿਜੀਲੈਂਸ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ, ਅਜਿਹਾ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਦੇ ਤਹਿਤ ਆਈ ਕਰੋੜਾਂ ਦੀ ਗ੍ਰਾਂਟ ਦੇ ਵਿੱਚ ਕਪਲੇ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਵੱਲੋਂ 3 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ। ਜਿਹੜੇ ਬਿੱਲਾਂ ਤੇ ਸ਼ੱਕ ਜ਼ਾਹਿਰ ਹੋ ਰਿਹਾ ਹੈ ਉਸ ਦੀ ਜਾਂਚ ਪੜਤਾਲ ਕੀਤੀ ਜਾਏਗੀ।